ਸਰ ਜ਼ਿਲ੍ਹੇ ਤੋਂ ਸ਼੍ਰੀ ਇਹ ਮੁਕਤਸਰ ਸਾਹਿਬ ਤੋਂ ਤੁਸੀਂ ਹੁਣ ਕਿੱਥੇ ਆਏ ਹੋ, ਕੀ ਵੇਖਣ ਆਏ ਹੋ? ਅਸੀਂ ਹਰੀਕੇ ਬੱਸ ਜਿਹੜੀ ਨਵੀਂ ਪੰਜਾਬ ਗਵਰਨਮੈਂਟ ਨੇ ਲਈ ਉਹ ਦੇਖਣ ਆਏ ਹਾਂ ਜੀ। ਇੱਥੇ ਗੇਟ ਲੱਗੇ ਹੋਏ ਆ, ਸੁਣਿਆ ਪੁਰਾਣੀ ਬੱਸ ਜਿਹੜੀ ਬਦਲ ਕੇ ਨਵੀਂ ਬੱਸ ਆ ਗਈ ਆ। ਹਾਂਜੀ ਹਾਂਜੀ, ਨਵੀਂ ਬੱਸ ਆਈ, ਉਹ ਹੀ ਦੇਖਣ ਆਏ ਅਸੀਂ ਜੀ। ਅਤੇ ਤੁਹਾਨੂੰ ਅੰਦਰ ਜਾਣ ਦੇ ਰਹੇ ਆ? ਨਹੀਂ, ਅੰਦਰ ਇਜਾਜ਼ਤ ਨਹੀਂ ਹੈਗੀ ਅੰਦਰ ਜਾਣ ਦੀ, ਕਹਿੰਦੇ ਕਿਵੇਂ ਗੇਟ ਲੱਗੇ ਹੋਏ? ਹਾਂ, ਜਿੰਦਰਾ ਲੱਗਾ, ਗੇਟ ਬੰਦ ਆ ਜੀ, ਮੁਲਾਜ਼ਮ ਅੰਦਰ ਨਹੀਂ ਜਾਣ ਦਿੰਦੇ। ਅਤੇ ਇਹ ਕਦੋਂ ਤੱਕ ਚੱਲੇਗੀ, ਤੁਸੀਂ ਕੀ ਕਹਿੰਦੇ ਹੋ? ਦੇਖੋ, ਹੁਣ ਇਹਦਾ ਗੌਰਮੈਂਟ ਦਾ ਕੰਮ ਜਲਦੀ ਜਲਦੀ ਇਹਨੂੰ ਚਾਲੂ ਕਰਨਾ ਚਾਹੀਦਾ, ਜਿਹੜੇ ਲੋਕ ਆਉਂਦੇ ਦੇਖਣ ਇਹਨੂੰ, ਇਹ ਤਾਂ ਸਫ਼ਰ ਕਰਨਾ। ਤੁਸੀਂ ਦੂਰੋਂ ਆਏ ਚੱਲ ਕੇ, ਅੱਜ ਕੀ ਮਹਿਸੂਸ ਕਰਦੇ ਹੋ? ਤੁਹਾਨੂੰ ਬੱਸ ਨਹੀਂ ਮਿਲੀ ਜੀ? ਬਹੁਤ ਅਸੀਂ ਮਤਲਬ ਗਲਤ ਮਹਿਸੂਸ ਕਰ ਰਹੇ ਹਾਂ, ਐਡੀ ਦੂਰੋਂ ਅਸੀਂ ਚੱਲ ਕੇ ਆਏ ਬੱਸ ਦੇਖਣ ਵਾਸਤੇ, ਬੱਸ 'ਤੇ ਸਫ਼ਰ ਕਰਨ ਵਾਸਤੇ, ਪਰ ਇੱਥੇ ਸਾਨੂੰ ਕੋਈ ਅੱਗੋਂ ਰਿਸਪੋਂਸ ਨਹੀਂ ਮਿਲਿਆ, ਅਸੀਂ ਵਾਪਸ ਜਾ ਰਹੇ ਘਰ ਨੂੰ। ਕੀ ਮੰਗ ਕਰਦੇ? ਅਸੀਂ ਇਹ ਮੰਗ ਕਰਦੇ ਬੱਸ ਜਲਦੀ ਜਲਦੀ ਚਲਾਈ ਜਾਵੇ।